संगरूर दे पिंड क्राचों दे विच किसानां ने मंडी दे विच कणक दी खरीद करन दे लई गए इंस्पैक्टर नूं इस लई बंधक बना लिया क्योंकि सरकार वल्लों कणक दी खरीद दे विच कट लगाया जा रहा सी। किसानां ने चेतावनी दित्ती कि जदों तक सरकार 1062 पैसे दा कट लाउण दा फैसला वापस नहीं लै लैंदी उदों तक असीं कणक दी खरीद नहीं होण दवांगी। दस दईए कि अज पहलां संगरूर पहुंचे पंजाब दे मुख्यमंत्री ने ऐलान कीता कि उह कणक दी खरीद दे विच कट नूं लै के केंद्रीय खरीद एजेंसी ते केंद्र सरकार नूं अपील नहीं करनगे। कणक दे भाअ दे विच 10 रुपये 62 पैसे कट लाया गा, इस दा किसान यूनियन एकता ग्राहा पिंड घराचों वल्लों सख्त विरोध करदिआं ते असीं इंस्पैक्टर साहब नूं बिठा के रख्या होया वी जिन्ना चिर साडा मसला कोई हल नहीं हुंदा हैगा ਉਹਨਾਂ ਚਿਰ ਤੁਸੀਂ ਸਾਡੀ ਬੰਦੀ ਬਣਾਏ ਹੋ, ਬੈਠੇ ਸਾਡੇ ਨਾਲ, ਭਰਾਵਾਂ ਨਾਲ ਬੈਠੇ ਹੋਗੇ, ਸਰਕਾਰ ਨਾਲ ਬਿਠਾਏ ਹੋਏ ਨੇਗੇ। ਇਸ ਕਰਕੇ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਸਾਡਾ ਕਣਕ ਦਾ ਸਹੀ ਭਾਅ ਬਣਦਾ ਗਾ ਸਾਡੀਆਂ ਕਣਕਾਂ ਦੇ ਵਿੱਚ ਦਿਖਾ ਦੇਣ ਵੀ ਕਿਹੜਾ ਦਾਣਾ ਡਿਸਕਲਰ ਹੋਇਆ ਹੋਇਆਗਾ, ਕਿਹੜਾ ਦਾਣਾ ਮਾਜੂ ਹੋਇਆ ਹੋਇਆਗਾ। ਇਹ ਸਾਡਾ ਕਿਸੇ ਕਿਸਾਨ ਦਾ ਦਾਣਾ ਨਹੀਂ ਖਰਾਬ ਕਰਿਆ ਹੋਇਆ, ਜੇ ਕੋਈ ਹੋਇਆ ਵੀ ਹੋਇਆ ਕਿਤੇ, ਪਰ 90% ਕੋਈ ਦਾਣਾ ਖਰਾਬ ਨਹੀਂ ਹੈਗਾ। ਇਸ ਕਰਕੇ ਸਰਕਾਰ ਨੂੰ ਕਹਿੰਦੇ ਚੇਤਾਵਨੀ ਦਿੰਦੇ ਆ ਵੀ ਆਉਣ ਵਾਲੇ ਦਿਨ ਕੱਲ ਨੂੰ ਡੀਸੀ ਦਫ਼ਤਰਾਂ ਦੇ ਹੈੱਡਕੁਆਟਰ ਅਸੀਂ ਵੱਡੇ ਧਰਨੇ ਲਾ ਰਹੇਗੇ। ਇਹ ਗੱਲ ਕਹਿ ਰਿਹਾ ਵੀ ਸਾਡੀ ਜਿਹੜੀ ਦਾਣਾ ਗਾ ਸਹੀ ਰੇਟ ਤੇ ਖਰੀਦਿਆ ਜਾਵੇ, ਜਿੰਨਾ ਸਾਡਾ ਸਮਰਥਨ ਮੁੱਲ ਦਿੱਤਾ ਸਾਨੂੰ ਉਸ ਰੇਟ ਦੇ ਉੱਤੇ ਅਸੀਂ ਕਣਕ ਵੇਚਣਾ ਚਾਹੁੰਦੇ ਹਾਂਗੇ, ਵੇਚਾਂਗੇ ਤੇ ਖਰੀਦਣ ਲਈ ਸਰਕਾਰ ਦਾ ਫਰਜ਼ ਬਣਦਾ ਗਾ। ਇਸ ਕਰਕੇ ਅਸੀਂ ਇਹ ਦਰਜ ਵਿਰੋਧ ਦਰਜ ਕਰਾਉਂਦੇ ਹਾਂ ਵੀ ਸਾਡਾ ਸਹੀ ਰੇਟ ਦੇ ਕੇ ਸਾਡੀ ਸਹੀ ਫਸਲ ਖਰੀਦੀ ਜਾਵੇ। ਕਣਕ ਦੇ ਭਾਅ ਦੇ ਵਿੱਚ 10 ਰੁਪਏ 62 ਪੈਸੇ ਕੱਟ ਲਾਇਆ ਗਾ, ਇਸ ਦਾ ਕਿਸਾਨ ਯੂਨੀਅਨ ਏਕਤਾ ਗ੍ਰਾਹਾ ਪਿੰਡ ਘਰਾਚੋਂ ਵੱਲੋਂ ਸਖਤ ਵਿਰੋਧ ਕਰਦਿਆਂ ਤੇ ਅਸੀਂ ਇੰਸਪੈਕਟਰ ਸਾਹਿਬ ਨੂੰ ਬਿਠਾ ਕੇ ਰੱਖਿਆ ਹੋਇਆ ਵੀ ਜਿੰਨਾ ਚਿਰ ਸਾਡਾ ਮਸਲਾ ਕੋਈ ਹੱਲ ਨਹੀਂ ਹੁੰਦਾ ਹੈਗਾ ਉਹਨਾਂ ਚਿਰ ਤੁਸੀਂ ਸਾਡੀ ਬੰਦੀ ਬਣਾਏ ਹੋ, ਬੈਠੇ ਸਾਡੇ ਨਾਲ, ਭਰਾਵਾਂ ਨਾਲ ਬੈਠੇ ਹੋਗੇ, ਸਰਕਾਰ ਨਾਲ ਬਿਠਾਏ ਹੋਏ ਨੇਗੇ। ਇਸ ਕਰਕੇ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਸਾਡਾ ਕਣਕ ਦਾ ਸਹੀ ਭਾਅ ਬਣਦਾ ਗਾ ਸਾਡੀਆਂ ਕਣਕਾਂ ਦੇ ਵਿੱਚ ਦਿਖਾ ਦੇਣ ਵੀ ਕਿਹੜਾ ਦਾਣਾ ਡਿਸਕਲਰ ਹੋਇਆ ਹੋਇਆਗਾ, ਕਿਹੜਾ ਦਾਣਾ ਮਾਜੂ ਹੋਇਆ ਹੋਇਆਗਾ। ਇਹ ਸਾਡਾ ਕਿਸੇ ਕਿਸਾਨ ਦਾ ਦਾਣਾ ਨਹੀਂ ਖਰਾਬ ਕਰਿਆ ਹੋਇਆ, ਜੇ ਕੋਈ ਹੋਇਆ ਵੀ ਹੋਇਆ ਕਿਤੇ, ਪਰ 90% ਕੋਈ ਦਾਣਾ ਖਰਾਬ ਨਹੀਂ ਹੈਗਾ। ਇਸ ਕਰਕੇ ਸਰਕਾਰ ਨੂੰ ਕਹਿੰਦੇ ਚੇਤਾਵਨੀ ਦਿੰਦੇ ਆ ਵੀ ਆਉਣ ਵਾਲੇ ਦਿਨ ਕੱਲ ਨੂੰ ਡੀਸੀ ਦਫ਼ਤਰਾਂ ਦੇ ਹੈੱਡਕੁਆਟਰ ਅਸੀਂ ਵੱਡੇ ਧਰਨੇ ਲਾ ਰਹੇਗੇ। ਇਹ ਗੱਲ ਕਹਿ ਰਿਹਾ ਵੀ ਸਾਡੀ ਜਿਹੜੀ ਦਾਣਾ ਗਾ ਸਹੀ ਰੇਟ ਤੇ ਖਰੀਦਿਆ ਜਾਵੇ, ਜਿੰਨਾ ਸਾਡਾ ਸਮਰਥਨ ਮੁੱਲ ਦਿੱਤਾ ਸਾਨੂੰ ਉਸ ਰੇਟ ਦੇ ਉੱਤੇ ਅਸੀਂ ਕਣਕ ਵੇਚਣਾ ਚਾਹੁੰਦੇ ਹਾਂਗੇ, ਵੇਚਾਂਗੇ ਤੇ ਖਰੀਦਣ ਲਈ ਸਰਕਾਰ ਦਾ ਫਰਜ਼ ਬਣਦਾ ਗਾ। ਇਸ ਕਰਕੇ ਅਸੀਂ ਇਹ ਦਰਜ ਵਿਰੋਧ ਦਰਜ ਕਰਾਉਂਦੇ ਹਾਂ ਵੀ ਸਾਡਾ ਸਹੀ ਰੇਟ ਦੇ ਕੇ ਸਾਡੀ ਸਹੀ ਫਸਲ ਖਰੀਦੀ ਜਾਵੇ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।